ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਸਵਾਗਤ ਆ ਤੁਹਾਡਾ ਫਿਰ ਤੋਂ ਮੇਰੇ YouTube ਚੈਨਲ ਗੁਰਕੀਰਤ ਸਖੂ ਦੇ ਵਿੱਚ ਸੋ ਕਿੱਦਾਂ ਸਾਰੇ ਕਾਇਮ ਹੋ ਸਿੱਖ ਰਹੇ ਹੋ ਭੰਗੜਾ ਸੋ ਸਿੱਖੋ ਕੈਂਟ ਕੈਂਟ ਭੰਗੜਾ ਤੇ ਵਿਆਹਾਂ ਸ਼ਾਦੀਆਂ ਦਾ ਸੀਜ਼ਨ ਆ ਗਿਆ ਤੇ ਸ਼ਾਦੋ ਫਿਰ ਕੋਈ ਹੁਣ ਅੱਜ ਕੱਲ੍ਹ ਤੇ ਬਹੁਤ ਨਾ ਇੱਕ ਸਭ ਦਾ ਟ੍ਰੈਂਡ ਹੀ ਚੱਲ ਗਿਆ ਹੋਇਆ ਕਿ ਆਪਣੇ ਕੋਈ ਭੈਣ ਭਰਾ ਦਾ ਵਿਆਹ ਹੈਨਾ ਤੇ ਇੱਕ ਛੋਟੇ ਜਿਹੇ ਮਤਲਬ ਪੇਸ਼ ਕਰਦੇ ਆ ਪਰਫਾਰਮੈਂਸ ਹੈਨਾ ਤੇ ਤੁਹਾਡਾ ਬਹੁਤ ਹੈਲਪ ਕਰ ਸਕਦਾ ਜੇ ਉਹਨਾਂ ਨੂੰ ਭੰਗੜਾ ਸਿਖਾਉਂਦਾ ਜ਼ਰੂਰ ਸਿੱਖਿਆ ਕਰੋ ਬਾਕੀ ਆਪਣਾ ਪੰਜਾਬੀ ਸੱਭਿਆਚਾਰ ਵੀ ਆ ਠੀਕ ਆ ਸੋ ਆਪਾਂ ਨਵੇਂ ਨਵੇਂ ਸਟੈਪ ਤੁਹਾਨੂੰ ਸਿਖਾਉਂਦੇ ਰਹਿੰਦੇ ਆ ਈਜ਼ੀ ਵੀ ਤੇ ਥੋੜ੍ਹੇ ਔਖੇ ਜਿਹੇ ਵੀ ਕਿਉਂਕਿ ਪਹਿਲਾਂ ਈਜ਼ੀ ਤੋਂ ਹੌਲੀ 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 ਫਿਰ ਔਖੇ ਵੀ ਸਿਖਾਵਾਂਗੇ ਹੈ ਨਾ ਸੋ ਅੱਜ ਵਾਲਾ ਜਿਹੜਾ ਸਟੈਪ ਆਪਾਂ ਇੱਕ ਹੋਰ ਨਵਾਂ ਸਟੈਪ ਲੈ ਗਏ ਹਾਂ ਇਹਦਾ ਨਾਮ ਹੈਗਾ ਜੀ ਖਿੱਚਾ ਸੋ ਖਿੱਚਾ ਨੂੰ ਤੁਹਾਡੇ ਦਿਮਾਗ 'ਚ ਆਇਆ ਹੋਊਗਾ ਕਿ ਕੋਈ ਚੀਜ਼ ਨੂੰ ਖਿੱਚਣਾ ਜਿਵੇਂ ਹੁਣ ਪੰਜਾਬੀ ਜਾਂ ਖੈਂਚ ਨੂੰ ਵੀ ਖਿੱਚਣਾ ਕਹਿ ਦਿੰਦੇ ਆ ਹੈ ਨਾ ਸੋ ਖਿੱਚਾ ਦੱਸਦੇ ਹਾਂ ਆਪਾਂ ਕਿੱਦਾਂ ਹੋ ਗਿਆ ਖਿੱਚਾ ਸੋ ਤੁਹਾਨੂੰ ਪਹਿਲਾਂ ਕਰਕੇ ਲਿਖਾਉਂਦੇ ਹਾਂ ਕਿ ਖਿੱਚਾ ਸਟੈਪ ਕਿੱਦਾਂ ਹੁੰਦਾ ਹੈ ਫਿਰ ਇਹਨੂੰ ਆਪਾਂ ਹੌਲੀ 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 ਸਿਖਾਵਾਂਗੇ ਕਿ ਕਿੱਦਾਂ ਹੋਊਗਾ ਸੋ ਸਬਸਕ੍ਰਾਈਬ ਕਰ ਲਓ ਪਹਿਲਾਂ ਤੇ ਜਿਨ੍ਹਾਂ ਨੇ ਨਹੀਂ ਕੀਤਾ ਚੈਨਲ ਨੂੰ ਤੇ ਬੈਲ ਆਈਕਨ ਨੂੰ ਆਨ ਕਰ ਲਓ ਜਿਹੜੇ ਵੀ ਭੰਗੜਾ ਸਿੱਖਣ ਦੇ ਸ਼ੌਕੀਨ ਆ ਸੋ ਆ ਜਾਓ ਖਿੱਚਾ ਸਟੈਪ ਤੁਹਾਨੂੰ ਮੈਂ ਕਰਕੇ ਲਿਖਾਉਂਦਾ ਕਿੱਦਾਂ ਹੁੰਦਾ ਹੈ ਆ ਦੇਖੋ 1 2 3 4 5 6 7 8 ਠੀਕ ਆ ਸੋ ਆ ਵਾਲਾ ਸਟੈਪ ਅੱਜ ਆਪਾਂ ਸਿੱਖਾਂਗੇ ਸੋ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਸਿਖਾਵਾਂਗੇ ਪਹਿਲਾਂ ਲੈਗ ਮੂਵਮੈਂਟ ਦੱਸੂਗਾ ਫਿਰ ਹੈਂਡ ਮੂਵਮੈਂਟ ਦੱਸੂਗਾ ਫਿਰ ਬੀਟ ਤੇ ਵੀ ਕਰਕੇ ਦਿਖਾਉਂਗਾ ਕਿ ਇਹ ਸਟੈਪ ਕਿੱਦਾਂ ਹੋਏਗਾ ਕੰਪਲੀਟ ਹੈ ਨਾ ਸੋ ਧਿਆਨ ਨਾਲ ਦੇਖਿਓ ਆਪਾਂ ਤੁਹਾਡਾ ਜ਼ਿਆਦਾ ਟਾਈਮ ਵੇਸਟ ਨਹੀਂ ਕਰਦੇ ਸੋ ਆਪਾਂ ਸਟਾਰਟ ਕਰਦੇ ਹਾਂ ਸਟੈਪ ਕਿੱਦਾਂ ਹੋਏਗਾ ਸੋ ਲੈਗ ਮੂਵਮੈਂਟ ਦੇਖੋ ਕਿੱਦਾਂ ਹੋਏਗੀ ਇਹ ਲੈਗ ਮੂਵਮੈਂਟ ਜਿਹੜੀ ਆਪਣੀ ਲੈਫਟ ਲੈਗ ਤੋਂ ਸਟਾਰਟ ਹੋਏਗੀ ਜਿੱਦਾਂ ਹਰ ਇੱਕ ਸਟੈਪ ਮੈਂ ਤੁਹਾਨੂੰ ਦੱਸਦਾ ਲੈਫਟ ਤੋਂ ਸ਼ੁਰੂ ਹੁੰਦਾ ਹੈ ਨਾ ਸੋ ਆਓ ਦੇਖਦੇ ਹਾਂ ਕਿੱਦਾਂ ਹੋਏਗਾ ਸਟੈਪ ਚੈੱਕ ਕਰੋ 1 2 3 4 5 6 7 and 8 ਬਹੁਤ ਸਿੰਪਲ ਆ ਠੀਕ ਹੈ ਸੋ ਇਹ ਲੈਗ ਮੂਵਮੈਂਟ ਨੂੰ ਤੁਸੀਂ ਮਤਲਬ ਜੇ ਬੀਟ ਤੇ ਕਰਨਾ ਹੈ 1 2 3 4 5 6 7 and 8 ਠੀਕ ਹੈ ਸੋ ਇਹ ਲੈਗ ਮੂਵਮੈਂਟ ਹੋ ਗਈ ਜੋ ਕਿ ਬਹੁਤ ਹੀ ਆਸਾਨ ਆ ਤੁਸੀਂ ਇਹਨੂੰ ਦੁਬਾਰਾ ਦੁਬਾਰਾ ਦੇਖ ਲਿਓ ਤੇ ਤੁਸੀਂ ਸਿੱਖਿਓ ਤੇ ਫਿਰ ਮੈਨੂੰ ਦੱਸਿਓ ਕਮੈਂਟ ਦੇ ਵਿੱਚ ਕਿ ਜੇ ਤੁਹਾਨੂੰ ਕਿਤੇ ਪ੍ਰੋਬਲਮ ਆਉਂਦੀ ਹੈ ਮੈਂ ਤੁਹਾਨੂੰ ਉਹ ਵੀ ਸੋਲਵ ਕਰਾਂਗਾ ਠੀਕ ਹੈ ਸੋ ਹੁਣ ਆਪਾਂ ਦੇਖਦੇ ਹਾਂ ਕਿ ਹੈਂਡ ਮੂਵਮੈਂਟ ਹੈਂਡ ਮੂਵਮੈਂਟ ਕਿੱਦਾਂ ਹੈਗੀ ਇਹ ਥੋੜ੍ਹਾ ਜਿਹਾ ਹੈਗਾ ਟ੍ਰਿਕੀ ਸੋ ਲੈਗ ਦੇ ਨਾਲ ਕਿੱਦਾਂ ਕਰਨਾ ਹੈ ਪਹਿਲਾਂ ਕੱਲੀ ਹੈਂਡ ਮੂਵਮੈਂਟ ਦੇਖੋ ਉਹ ਤੁਸੀਂ ਦੇਖੋ ਕਿੱਦਾਂ ਖਿੱਚਣਾ ਵਾ ਤੇ ਉਸ ਤੋਂ ਬਾਅਦ ਫਿਰ ਮੈਂ ਤੁਹਾਨੂੰ ਲੈਗ ਦੇ ਨਾਲ ਵੀ ਕਰਕੇ ਦਿਖਾਉਂਗਾ ਕਿ ਇਹ ਕਿੱਦਾਂ ਹੋਣਾ ਹੈ ਠੀਕ ਹੈ ਸੋ ਆਓ ਦੇਖਦੇ ਹਾਂ ਆਪਾਂ ਹੈਂਡ ਮੂਵਮੈਂਟ ਕਿੱਦਾਂ ਹੋਈ ਆਓ ਦੇਖਦੇ ਹਾਂ ਕਿ ਇਹ ਇਕੱਠੇ ਕਿੱਦਾਂ ਹੁੰਦੇ ਆ ਆ ਦੇਖੋ 1 2 3 and 4 ਜਿਵੇਂ ਤੁਹਾਡੀ ਲੈਗ ਅੰਦਰ ਨੂੰ ਆਏਗੀ ਉਵੇਂ ਤੁਹਾਡੇ ਹੈਂਡ ਅੰਦਰ ਨੂੰ ਆਉਣਗੇ ਦੇਖੋ ਲੈਗ ਦੇ ਨਾਲ 1 and 2 ਠੀਕ ਹੈ ਤੇ ਦੂਸਰੀ ਵਾਰੀ 3 and 4 ਠੀਕ ਹੈ ਜਿਵੇਂ ਲੈਗ ਅੰਦਰ ਆਉਗੀ ਉਵੇਂ ਹੈਂਡ ਅੰਦਰ ਆਉਣਗੇ 1 2 3 and 4 ਠੀਕ ਹੈ ਬਹੁਤ ਬਹੁਤ ਸਿਰਾ ਸਟੈਪ ਆ ਮਤਲਬ ਜਿਹੜੇ ਬੀਟ ਸੌਂਗ ਆ ਭੰਗੜੇ ਦੇ ਹਨਾ ਉਹਨਾਂ ਦੇ ਬਹੁਤ ਘੈਂਟ ਲੱਗਦਾ ਹੈ ਤੇ ਦੇਖਿਓ ਸਿੱਖ ਕੇ ਆਤਾ ਹੋਊਗਾ ਸੋ ਆਪਾਂ ਹੁਣ ਇਕੱਠਾ ਸਟੈਪ ਕਰਦੇ ਹਾਂ ਫਿਰ ਬੀਟ ਤੇ ਦੱਸੂਗਾ ਆ ਦੇਖੋ ਬੀਟ ਦੇ ਨਾਲ ਦੋਵੇਂ ਸਟੈਪ ਕਿੱਦਾਂ ਹੋਣਗੇ 1 2 3 4 5 6 7 8 1 2 3 4 5 6 7 and 8 ਠੀਕ ਹੈ ਸੋ ਕੈਂਟ ਸਟੈਪ ਆ ਜ਼ਰੂਰ ਸਿੱਖੋ ਸੋ ਆਪਾਂ ਹੁਣ ਬੀਟ ਤੇ ਕਰਦੇ ਹਾਂ ਕਿ ਇਹ ਬੀਟ ਤੇ ਕਿੱਦਾਂ ਹੋਏਗਾ ਸੋ ਢੋਲ ਦੀ ਬੀਟ ਤੇ ਕਰਾਂਗੇ ਸੋ ਗਾਣੇ ਦੇ ਨਾਲ ਤੁਸੀਂ ਆਪੇ ਟਰਾਈ ਕਰਿਓ ਆਓ ਦੇਖਦੇ ਹਾਂ ਢੋਲ ਦੀ ਬੀਟ ਤੇ ਕਿੱਦਾਂ ਸੋ ਦੇਖਦੇ ਹਾਂ ਢੋਲ ਦੀ ਬੀਟ ਤੇ ਕਿੱਦਾਂ ਹੁੰਦਾ ਹੈ ਭੰਗੜਾ ਭੰਗੜਾ ਸਿਰਾ ਢੋਲ ਦੀ ਬੀਟ ਤੇ ਲੱਗਦਾ ਹੈ ਬਾਕੀ ਗਾਣੇ ਤੋਂ ਪਾਉਣਾ ਪੈਂਦਾ ਹੈ ਢੋਲ ਢੋਲ ਦੀ ਤਾਤੀ ਲੱਗਦੀ ਪਰ ਆਓ ਦੇਖੋ ਆ ਪੰਜਾਬੀ ਸੱਭਿਆਚਾਰ ਆ ਸਟੈਪ ਕਿਵੇਂ ਦਾ ਲੱਗਿਆ ਜ਼ਰੂਰ ਦੱਸਿਓ ਕਮੈਂਟ ਕਰਕੇ ਤੇ ਮੈਂ ਆਪਣੇ ਨੂੰ ਤਾਂ ਕੋਸ਼ਿਸ਼ ਕਰਦਾ ਕਿ ਮੈਂ ਤੁਹਾਨੂੰ ਬਹੁਤ ਆਸਾਨ ਸਿਖਾਵਾਂ
पर फिर भी जे कि तुम प्रॉब्लम लगती है तो मैं कमेंट च पूछ लिया करो, मैं तो वो प्रॉब्लम सॉल्व कर दिया करूँगा। ठीक है जी, सो इंजॉय करो मेरी वीडियोज़, सबसक्राइब कर लो मेरे चैनल में, तो शेयर कराया करो वो वीडियोज़ जो हो भी भंगड़ा सीखने के शौकीन है ना, उन्होंने शेयर कराया करो। बाकी मैं फिर भी तुम्हारी हेल्प करता रहा क्योंकि मेरे को क्लासिज लाने देना टाइम नहीं है, मैं बोल लो कहते हैं कि क्लास लाओ, सो मेरे को टाइम नहीं है इस करके मैं जिन्ना भी टाइम कढ़ के तुहाडे यूट्यूब से वीडियो पा देना कि जिनी मर्जी देखो तो जिनी मर्जी सीखो। तो बाकी तुम फ्रीली मैं कमेंट से पूछ सकते हो जो तुम कोई प्रॉब्लम आ जाए, कि स्टैप सीखना चाहते हो मैं तुम्हें सिखाऊंगा। सो घैंट स्टैप ही हूँ भैन भरावान के विवाह आने वाले विवाह का सीजन आ गया, सो करो परफॉर्मेंस तैयार, सिरा मैंने वीडियोज भेजोगे अं तो स्टैप सीखा मैं बहुत खुशी होगी। सो सत श्रीकाल जी सारे, कीप इंजॉय, सबसक्राइब माई चैनल, सत श्रीकाल जी।